ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਇੱਕ ਬਾਪ ਆਪਣੀ ਬੇਟੀ ਨੂੰ ਮਾਰ ਕੇ ਉਸ ਤੋਂ ਬਾਅਦ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਘੜੀਸ ਕੇ ਉਹਦੀ ਲਾਸ਼ ਨੂੰ ਬਾਹਰ ਸੁੱਟ ਕੇ ਆਉਂਦਾ ਆ। ਸੋ ਸਾਰਿਆਂ ਨੇ ਇਸ ਖਬਰ ਦੇ ਨੀਚੇ ਜਿਹੜੇ ਕਮੈਂਟ ਹੈਗੇ ਉਹ ਪੜ੍ਹੇ ਹੋਣੇ ਆ ਕਿ ਗੁੱਡ ਜੌਬ। ਸੋ ਜਿਨ੍ਹਾਂ ਨੇ ਇਸ ਚੀਜ਼ ਨੂੰ ਗੁੱਡ ਜੌਬ ਕਿਹਾ ਆ ਉਹ ਇੱਕ ਵਾਰੀ ਜ਼ਰੂਰ ਝਾਤੀ ਮਾਰ ਲੈਣ ਕਿ ਪਹਿਲਾਂ ਇਹ ਜੁਰਮ ਸਾਬਿਤ ਹੋਇਆ ਕਿ ਨਹੀਂ ਹੋਇਆ, ਕਿ ਉਹ ਕੁੜੀ ਕਿੱਥੇ ਗਈ ਜਾਂ ਨਹੀਂ ਗਈ। ਉਹ ਉਸ ਤੋਂ ਵੀ ਪਹਿਲਾਂ ਕਿ ਜਦੋਂ ਕਦੀ ਵੀ ਕਿਸੇ ਦੇਸ਼ ਦੇ ਵਿੱਚ ਲੜਾਈ ਲੱਗਦੀ ਹੈ ਅਤੇ ਓਪੋਜ਼ਿਟ ਅਗਰ ਕੰਟਰੀ ਦਾ ਬੰਦਾ, ਓਪੋਜ਼ਿਟ ਕੰਟਰੀ ਦਾ ਸੋਲਜਰ ਜਦੋਂ ਸ਼ਹੀਦ ਹੁੰਦਾ ਆ, ਬਲਕਿ ਜਿਹਨੂੰ ਅਸੀਂ ਮਾਰਦੇ ਹਾਂ ਉਸਨੂੰ ਵੀ ਬਾ ਇੱਜ਼ਤ ਦੂਸਰੀ ਕੰਟਰੀ ਨੂੰ ਸੌਂਪਿਆ ਜਾਂਦਾ ਆ। ਸੋ ਜਿਹਦੇ ਨਾਲ, ਜਿਸ ਦੇਸ਼ ਨਾਲ ਸਾਡੀ ਲੜਾਈ ਹੁੰਦੀ, ਇਟ ਮੀਨਸ ਅਸੀਂ ਉਸ ਦੇਸ਼ ਦੇ ਦੁਸ਼ਮਣ ਹਾਂ। ਅਤੇ ਇਹਦਾ ਮਤਲਬ ਆ, ਇਹ ਰੂਲ ਨਹੀਂ ਹੈਗਾ ਕਿ ਤੁਸੀਂ ਉਹਦੀ ਮਰੀ ਮ੍ਰਿਤਕ ਦੇਹ ਨੂੰ ਖਰਾਬ ਕਰੋ। ਸੋ ਉਹਨੇ ਆਪਣੇ ਬੱਚੇ ਨੂੰ ਮਾਰਿਆ, ਉਸ ਤੋਂ ਬਾਅਦ ਇਹ ਦਰਿੰਦਗੀ ਦਿਖਾਈ ਅਤੇ ਸਾਰੇ ਲੋਕ ਗੁੱਡ ਜੌਬ ਕਹਿ ਰਹੇ ਆ। ਇਟ ਮੀਨਸ ਹਰ ਇੱਕ ਇਨਸਾਨ ਦਰਿੰਦਾ ਬਣ ਚੁੱਕਾ ਆ। ਤੁਸੀਂ ਇਹ ਸੋਚਿਆ ਕਿ ਹੁਣ ਜੋ ਯੁੱਗ ਚੱਲ ਰਿਹਾ ਆ, ਬਾਪ ਆਪਣੀਆਂ ਬੇਟੀਆਂ ਦੇ ਨਾਲ ਗਲਤ ਕਰਦੇ ਆ, ਤਾਂ ਹੋ ਸਕਦਾ ਇਹ ਵੀ ਬਾਪ ਇੱਦਾਂ ਦਾ ਹੋਵੇ, ਹੋ ਸਕਦਾ ਕੁੜੀ ਵੈਸੇ ਹੀ ਘਰੋਂ ਡਰ ਕੇ ਗਈ ਹੋਵੇ। ਕਿਉਂਕਿ ਜੋ ਦਰਿੰਦਿਆਂ ਵਾਲੀ ਉਹਨੇ ਹਰਕਤ ਕੀਤੀ ਉਹਦੇ ਤੋਂ ਇਹ ਵੀ ਤਾਂ ਲੱਗਦਾ ਕਿ ਸਾਰੇ ਲੋਕ ਜਿਹੜੇ ਆ ਉਹ ਡਰਦੇ ਮਾਰੇ ਅੱਗੇ ਨਹੀਂ ਆਏ। ਕਿਉਂਕਿ ਉਹਦਾ ਇੱਕ ਦੋਸਤ ਕਹਿ ਰਿਹਾ ਨਾ ਕਿ ਉਹਨੇ ਕਿਹਾ ਸੀ ਜੋ ਵੀ ਵਿੱਚ ਆਏਗਾ ਮੈਂ ਉਹਦਾ ਇਹੀ ਹਾਲ ਕਰੂੰਗਾ। ਇਟ ਮੀਨਸ ਕਿੰਨੀ ਕੁ ਦਰਿੰਦਗੀ ਉਹ ਆਪਣੀ ਲਾਈਫ ਦੇ ਵਿੱਚ ਦਿਖਾ ਚੁੱਕਾ ਹੈ ਕਿ ਕੋਈ ਡਰਦਾ ਮਾਰਾ ਆਇਆ ਨਹੀਂ। ਕਿਉਂਕਿ ਇਹ ਬੜੀ ਅਨਫੋਰਚੁਨੇਟ ਜਿਹਾ ਲੱਗਦਾ ਪਿਆ ਕਿ ਕੋਈ ਇੱਦਾਂ ਕਵੇ ਕਿ ਬਲਦੀ ਅੱਗ ਵਿੱਚ ਵੀ ਲੋਕ ਜਿਹੜੇ ਆ ਉਹ ਕਿਸੇ ਨਾ ਕਿਸੇ ਨੂੰ ਬਚਾਉਣ ਚਲੇ ਜਾਂਦੇ ਆ, ਅਤੇ ਐਵੇਂ ਕਿਵੇਂ ਹੋ ਸਕਦਾ ਹੈ ਕਿ ਉਹ ਆਪਣੀ ਬੇਟੀ ਨੂੰ ਦਰਿੰਦਿਆਂ ਵਾਂਗੂ ਮਾਰ ਰਿਹਾ ਤਾਂ ਦੂਸਰੇ ਇਨਸਾਨ ਨੂੰ ਕਹਿ ਰਿਹਾ ਤੂੰ ਉੱਥੇ ਖੜਾ ਰਹਿ, ਔਰ ਉਹ ਇਨਸਾਨ ਕਹਿ ਰਿਹਾ ਆ ਕਿ ਮੈਂ ਅੱਗੇ ਨਹੀਂ ਜਾ ਸਕਿਆ ਕਿਉਂਕਿ ਉਹ ਕਹਿ ਰਿਹਾ ਸੀ ਸਾਰਿਆਂ ਦਾ ਇਹੀ ਹਾਲ ਹੋਊਗਾ। ਇਹ ਉਹ ਕੰਨਿਆ ਆ ਜਿਹਨੂੰ ਲੋਕ ਪੂਜਦੇ ਆ। ਸੋ ਸਮਝ ਨਹੀਂ ਆਉਂਦੀ ਹੈਗੀ ਕਿ ਕਸੂਰ ਅਗਰ ਉਸ ਨਦਾਨ ਬੱਚੀ ਨੇ ਕੀਤਾ ਹੈ ਨਾ, ਜਾਂ ਉਸ ਪਿੰਡ ਦੀਆਂ ਸਾਰੀਆਂ ਬੱਚੀਆਂ ਕਰ ਰਹੀਆਂ, ਤਾਂ ਇਹ ਮਾਂ ਬਾਪ ਦਾ ਆ ਆਪਣੇ ਕਸੂਰ ਨੂੰ ਲੁਕਾਉਣ ਦੇ ਮਾਰੇ। ਆਪਣੇ ਤੁਸੀਂ ਉੱਪਰ ਉਂਗਲੀਆਂ ਨਹੀਂ ਉਠਾਉਂਦੇ ਕਿ ਬੱਚਾ ਇੰਨਾ ਜ਼ਿਆਦਾ ਹੱਦਾਂ ਪਾਰ ਕਰ ਹੀ ਕਿੱਦਾਂ ਸਕਦਾ ਹੈ। ਕਿਉਂਕਿ ਕਿਤੇ ਨਾ ਕਿਤੇ ਜ਼ਰੂਰ ਕਮੀ ਰਹਿੰਦੀ ਸਾਡੇ ਵਿੱਚ, ਅਦਰਵਾਈਜ਼ ਇਹ ਜਿਹੜੀਆਂ ਗੱਲਾਂ ਹੈਗੀਆਂ ਉਹ ਨਹੀਂ ਕਿਸੇ ਨਾਲ ਬੀਤਦੀਆਂ। ਇੰਨਾ ਲੋਕ ਕਹਿ ਰਹੇ ਆ ਕਿ ਹਾਂਜੀ ਗੁੱਡ ਜੌਬ, ਹੁਣ ਅਗਲਿਆਂ ਨੂੰ ਅਕਲ ਆਏਗੀ। ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਆ ਕਿ ਤੁਸੀਂ ਇਸ ਤਰ੍ਹਾਂ ਕਿਸੇ ਦੀ ਮ੍ਰਿਤਕ ਦੇਹ ਨੂੰ ਖਰਾਬ ਕਰੋ? ਮਤਲਬ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਨੂੰ ਤੁਸੀਂ ਗੁੱਡ ਜੌਬ ਕਹਿ ਰਹੇ ਆ? ਹਰ ਇੱਕ ਜੋ ਇਸ ਕਮੈਂਟ ਨੂੰ ਕਰ ਰਿਹਾ ਨਾ ਗੁੱਡ ਜੌਬ, ਉਹ ਦਰਿੰਦਾ ਹੈਗਾ। ਤੁਸੀਂ ਆਪਣੀ ਬੇਟੀ ਨੂੰ, ਕਿਉਂਕਿ ਅੱਜ ਕੱਲ੍ਹ ਦੀ ਤਾਂ ਪੁਲਿਸ ਵੀ ਹੁਣ ਇੱਦਾਂ ਹੈਗੀ ਕਿ ਤੁਹਾਡੇ ਅੱਜ ਕੱਲ੍ਹ ਨਹੀਂ, ਮਤਲਬ ਕਿ ਪੰਜਾਬ ਦੀ ਜਿਹੜੀ ਪੁਲਿਸ ਆ ਉਹ ਸਾਥ ਦਿੰਦੀ ਹੈ, ਚਾਹੇ ਉਹ ਕਿਸੇ ਵੀ ਗੱਲ ਨੂੰ ਬੜਾਵਾ ਦੇ ਰਹੀ ਅੱਜ ਨਸ਼ੇ ਨੂੰ ਜਾਂ ਝੂਠੇ ਪਰਚਿਆਂ ਨੂੰ। ਪਰ ਜਿੰਨਾ ਕੁ ਮੈਂ ਪੰਜਾਬ ਦੇ ਵਿੱਚ ਕੰਮ ਕੀਤਾ ਆ, ਜੋ ਮੈਂ ਪੁਲਿਸ ਦੇ ਨਾਲ ਕੰਮ ਕੀਤਾ ਆ, ਉਹਨਾਂ ਉਸ ਹਿਸਾਬ ਦੇ ਨਾਲ ਮੈਂ ਇਹ ਕਹਿ ਸਕਦੀ ਹਾਂ ਕਿ ਨੋਰਮਲ ਥਾਣੇ ਵਿੱਚ ਤੁਸੀਂ ਅਗਰ ਆਪਣੀ ਰਿਕੁਐਸਟ ਲੈ ਕੇ ਜਾਂਦੇ ਹੋ, ਤੁਹਾਡੀ ਬੇਟੀ ਅੰਡਰ ਏਜ ਆ, ਤਾਂ ਉਹ ਤੁਹਾਡਾ ਸਾਥ ਦਿੰਦੀ ਹੈ। ਮਤਲਬ ਚਾਹੇ ਪੈਸੇ ਵੀ ਖਾਧੇ ਹੋਣਗੇ, ਬਟ ਪੁਲਿਸ ਵੀ ਤੁਹਾਡਾ ਸਾਥ ਦੇਗੀ ਕਿ ਅਗਰ ਬੱਚਾ ਗਲਤ ਰਸਤੇ ਪੈ ਗਿਆ ਆ ਤਾਂ ਉਹ ਨੈਕਸਟ ਸਾਹਮਣੇ ਵਾਲੇ ਨੂੰ ਫੜੇਗੀ, ਕਿਉਂਕਿ ਅਗਰ ਅੰਡਰ ਏਜ ਆ ਉਹ ਸਮਝਾਏਗੀ ਵੀ, ਉਹ ਪਰਚਾ ਵੀ ਕਰੇਗੀ।
ਇੰਨੀ ਦਰਿੰਦਗੀ ਪੁਲਿਸ ਤੋਂ ਉਮੀਦ ਨਹੀਂ ਰੱਖ ਸਕਦੇ ਜਿੰਨੀ ਦਰਿੰਦਗੀ ਇੱਕ ਬਾਪ ਨੇ ਆਪਣੀ ਬੇਟੀ ਨਾਲ ਕੀਤੀ ਹੈ। ਅਗਰ ਉਹ ਬੇਟੀ ਆਪਣੀ ਉਮਰ ਤੋਂ ਪਹਿਲਾਂ ਜੋ ਵੀ ਹੱਦਾਂ ਟੱਪੀ ਹੈ ਉਹਦਾ ਅਗਰ ਕੋਈ ਸਬੂਤ ਹੁੰਦਾ ਤਾਂ ਉਹਨੂੰ ਨਾ ਮਾਰਦੇ, ਅੱਜ ਉਹਨਾਂ ਦੀ ਇੰਟਰਵਿਊ ਨਾ ਲਈ ਜਾਂਦੀ। ਕਿਉਂ ਸਾਰੇ ਲੋਕ ਜਿਹੜੇ ਆ, ਕਿਉਂ ਸਾਰਾ ਜਹਾਨ ਜਿਹੜਾ ਚੁੱਪ ਬੈਠਾ ਆ, ਕਿਉਂ? ਪਰ ਮੈਂ ਕੋਈ ਵਕੀਲ ਤਾਂ ਹੈ ਨਹੀਂ ਕਿ ਮੈਂ ਉਹਦਾ ਕੇਸ ਲੜਾਂ, ਪਰ ਇਨਸਾਨੀਅਤ ਦੇ ਤੌਰ 'ਤੇ ਤੁਹਾਡੇ ਦਿਮਾਗ 'ਚ ਕਦੀ ਇਹ ਸਵਾਲ ਨਹੀਂ ਆਉਂਦੇ ਕਿ ਉਹ ਮੁੰਡਾ ਕਿੱਥੇ ਆ? ਅੱਜ ਹੁਣ ਜੋ ਖਬਰਾਂ ਚੱਲਦੀਆਂ ਹੁੰਦੀਆਂ ਆ ਵੀ ਮਤਲਬ ਉਸੇ ਪਿੰਡ ਦੇ ਵਿੱਚ ਉਹ ਬੰਦਾ ਆ ਜਾਂ ਮੁੰਡਾ ਆ ਜਾਂ ਜੋ ਵੀ ਹੈਗਾ ਆ, ਪਰ ਉਹਦੀ ਇੰਟਰਵਿਊ ਕਿਉਂ ਨਹੀਂ ਲਈ ਜਾ ਰਹੀ? ਤੁਸੀਂ ਪੱਤਰਕਾਰ ਕੀ ਕਰਦੇ ਆ ਫਿਰ? ਤੁਸੀਂ ਉਹਨਾਂ ਨੂੰ ਜਾ ਕੇ ਜ਼ਖਮਾਂ ਨੂੰ ਛਿੱਲ ਕੇ ਜਾਂ ਫਿਰ, ਕਿਉਂਕਿ ਇਹ ਉਹਨਾਂ ਦੇ ਲਈ ਜ਼ਖਮ ਹੈਗੇ ਆ ਜੋ ਇਨਸਾਨ, ਜੋ ਜਿਵੇਂ ਕਿ ਮੈਨੂੰ ਲੱਗਾ ਹੈ ਕਿ ਅਗਰ ਉਸ ਕੁੜੀ ਦਾ ਕਸੂਰ ਆ ਤਾਂ ਸਾਹਮਣੇ ਵੀ ਤਾਂ ਲਿਆ ਕੇ ਆਉਣਾ ਚਾਹੀਦਾ ਸੀ ਬਾਪ ਨੂੰ, ਚਾਹੇ ਉਹਦੇ ਮਰਨ ਤੋਂ ਬਾਅਦ ਹੀ ਲੈ ਕੇ ਆਉਂਦਾ, ਕਿਉਂਕਿ ਜਿਸ ਉਹਨੇ ਮੁਲਕ ਦੇ ਵਿੱਚ ਇਹ ਕੰਮ ਕੀਤਾ ਆ ਉਹ ਮੁਲਕ ਦਾ ਕੋਈ ਬਸ਼ਿੰਦਾ ਤਾਂ ਇੱਦਾਂ ਦਾ ਹੋ ਸਕਦਾ ਆ ਕਿ ਜਿਹੜਾ ਉਹਨੂੰ ਸਵਾਲ ਪੁੱਛਦਾ। ਔਰ ਜਿੰਨੇ ਪੱਤਰਕਾਰ ਜਾ ਰਹੇ ਆ ਉਹ ਉਹਨਾਂ ਨੂੰ ਇਹ ਪੁੱਛ ਰਹੇ ਆ ਕਿ ਹਾਂ ਤੁਸੀਂ ਇੱਦਾਂ ਹੋਇਆ ਅਤੇ ਤੁਸੀਂ ਕਿੱਥੇ ਸੀਗੇ, ਇਹ ਮੌਕਾ ਤੁਸੀਂ ਦੇਖਿਆ, ਪਰ ਕਿਸੇ ਨੇ ਇਹ ਸਵਾਲ ਨਹੀਂ ਕੀਤਾ ਕਿ ਉਹ ਜਿਨ੍ਹਾਂ ਦੇ ਘਰ ਗਈ ਉਹ ਘਰ ਕਿਹੜਾ ਸੀ? ਕਿਉਂਕਿ ਤੁਸੀਂ ਕਿਹਨੂੰ ਲੁਕਾ ਰਹੇ ਹੋ? ਖੁੱਲ੍ਹੀਆਂ ਅੱਖਾਂ ਦੇ ਨਾਲ ਜਿਹੜੇ ਅਸੀਂ ਗਲਤ ਚੀਜ਼ਾਂ ਦੇਖ ਰਹੇ ਹਾਂ ਨਾ, ਅਤੇ ਅਸੀਂ ਇਹ ਕਹਿ ਰਹੇ ਹਾਂ ਇਹ ਠੀਕ ਹੈ, ਇਹ ਗੁੱਡ ਜੋਬ ਆ। ਸੋ ਮੈਂ ਗੱਲ ਕਰ ਰਹੀ ਸੀ ਕਿ ਤੁਸੀਂ ਜ਼ਖਮਾਂ ਨੂੰ ਛਿੱਲ ਰਹੇ ਹੋ, ਜ਼ਖਮ ਉਹਨਾਂ ਦੇ ਘਰਦਿਆਂ ਦੇ ਨਹੀਂ ਹੈਗੀ, ਇਹ ਜ਼ਖਮ ਸਿਰਫ ਉਹਨਾਂ ਲੋਕਾਂ ਦੇ ਆ ਜੋ ਜੋ ਇਸ ਚੀਜ਼ ਨੂੰ ਗਲਤ ਕਹਿ ਰਹੇ ਹੋਣਗੇ। ਹੋਰ ਵੀ ਲੋਕ ਹੋਣਗੇ, ਜੇ ਮੈਨੂੰ ਲੱਗਾਇਆ ਤਾਂ ਬਾਕੀ ਲੋਕਾਂ ਨੂੰ ਵੀ ਲੱਗ ਸਕਦਾ ਹੈ ਕਿ ਇਹ ਖਬਰ ਕਿਤੇ ਨਾ ਕਿਤੇ, ਇਹ ਅਣਖ ਕਿਤੇ ਨਾ ਕਿਤੇ ਗਲਤ ਵੀ ਹੋ ਸਕਦੀ ਹੈ। ਕਿਉਂਕਿ ਜੋ ਇਨਸਾਨ ਇੰਨੀ ਦਰਿੰਦਗੀ ਦੇ ਵਿੱਚ ਆ ਸਕਦਾ ਨਾ, ਉਹ ਇੰਨੀ ਦਰਿੰਦਗੀ ਦੇ ਵਿੱਚ ਖੁਸ਼ ਵੀ ਕਰ ਸਕਦਾ, ਉਹੀ ਦਰਿੰਦਗੀ ਪਹਿਲਾਂ ਵੀ ਹੋਊਗੀ। ਉਹ ਇੱਕ ਬੰਦਾ ਕਹਿ ਰਿਹਾ ਨਾ ਕਿ ਇਹ ਪਹਿਲਾਂ ਵੀ ਇੱਦਾਂ ਹੀ ਸੀਗਾ, ਇਹਦੇ 'ਚ ਇੱਕ ਜ਼ਰੂਰਤ ਸੀਗੀ। ਜੇ ਇਹਦੇ ਵਿੱਚ ਜ਼ਰੂਰਤ ਸੀਗੀ ਤਾਂ ਇਹ ਆਪਣੀ ਬੱਚੀ ਨੂੰ ਸਮਝਾਉਂਦਾ, ਇੱਕ ਜੋ ਲੱਗ ਰਹੀ ਬੱਚੀ 12-13 ਸਾਲ ਦੀ, ਇੱਕ ਤੇਰੇ ਕੋਲ 12-13 ਸਾਲ ਦੀ ਬੱਚੀ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਹੈਗੀ, ਤਾਂ ਤੂੰ ਆਹ ਜਿਹੜੀ ਅਣਖ ਪੁਗਾਈ ਇਹਦੇ ਵਾਸਤੇ ਜ਼ਰੂਰਤ ਕਿੱਥੋਂ ਆ ਗਈ? ਤਾਂ ਉਹ ਜੋ ਇਨਸਾਨ ਕਹਿ ਰਿਹਾ ਜ਼ਰੂਰਤ ਵਾਲਾ ਸੀਗਾ, ਇਹ ਭਾਈ ਤੁਸੀਂ ਵੀ ਦੱਸੋ ਕਿ ਇੰਨੀ ਜ਼ਰੂਰਤ ਇਹਦੇ 'ਚ ਹੈ ਨਹੀਂ ਸੀ ਕਿ 12-14 ਸਾਲ ਦੀ ਕੁੜੀ ਨੂੰ ਸਮਝਾ ਸਕਦਾ, ਬੱਚੇ ਨੂੰ ਸਮਝਾ ਸਕਦਾ, ਉਹ ਵੀ ਉਹਦਾ ਆਪਣਾ ਸੀਗਾ, ਇੰਨੀ ਜ਼ਰੂਰਤ ਹੈ ਨਹੀਂ ਸੀ। ਤਾਂ ਦਰਿੰਦਗੀ ਕਰਨ ਦੀ ਜ਼ਰੂਰਤ ਆ ਕੇ ਇਟ ਮੀਨਸ ਉਹਦੇ 'ਚ ਜ਼ਰੂਰਤ ਨਹੀਂ ਸੀ। ਜ਼ਰੂਰਤ ਦਾ ਮਤਲਬ ਸਮਝਦੇ ਆ ਕੀ ਹੁੰਦਾ? ਸੱਚਾਈ ਦੇ ਨਾਲ ਖੜਨਾ। ਜ਼ਰੂਰਤ ਦਾ ਮਤਲਬ ਤੁਸੀਂ ਸਮਝਦੇ ਹੋ? ਅਤੇ ਤੁਸੀਂ ਕਹਿ ਰਹੇ ਹੋ ਕਿ ਉਹ ਜ਼ਰੂਰਤ ਸੀ ਉਹਦੇ ਵਿੱਚ, ਤਾਂ ਹੁਣ ਕਿਹੜੀ ਜ਼ਰੂਰਤ ਹੋ ਗਈ? ਕੋਈ ਵੀ ਕੰਮ ਕਰਨ ਦੇ ਲਈ ਅਗਰ ਤੁਸੀਂ ਸੋਚਦੇ ਹਾਂ ਕਿ ਜ਼ਰੂਰਤ ਹੋਣਾ ਜ਼ਰੂਰੀ, ਤਾਂ ਇਹ ਦਰਿੰਦਗੀ ਵਾਸਤੇ ਤਾਂ ਨਹੀਂ ਜ਼ਰੂਰਤ ਹੋਣਾ ਜ਼ਰੂਰੀ, ਇਹਦੇ ਲਈ ਤਾਂ ਦਰਿੰਦਾ ਦਿਮਾਗ ਹੋਣਾ ਚਾਹੀਦਾ ਹੈ। ਮਤਲਬ ਦੁਨੀਆ ਇੰਨੀ ਜ਼ਿਆਦਾ ਖੁਰਾਹੇ ਪੈ ਚੁੱਕੀ ਹੈ ਕਿ ਕਈ ਵਾਰੀ ਗਲਤ ਕੰਮ ਨੂੰ ਵੀ ਕਿੰਨਾ ਐਪਰੀਸ਼ੀਏਟ ਕੀਤਾ ਜਾਂਦਾ ਵੀ ਗੁੱਡ ਜੋਬ। ਹੈਰਾਨਗੀ ਇਸ ਗੱਲ 'ਤੇ ਆ ਕਿ ਮੈਂ ਜਿੰਨੇ ਕਮੈਂਟ ਪੜ੍ਹੇ ਆ ਉਹਨਾਂ ਦੇ ਵਿੱਚ 30% ਕਮੈਂਟ ਹੈਗੇ ਆ ਜਾਂ 20% ਹੈਗੇ ਆ ਜਿਨ੍ਹਾਂ ਨੇ ਕਿਹਾ ਆ ਕਿ ਨਹੀਂ ਇੰਨੀ ਦਰਿੰਦਗੀ ਨਾਲ ਨਹੀਂ ਮਾਰਨਾ ਚਾਹੀਦਾ ਸੀ, ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਹੋ ਸਕਦਾ ਇਹ ਬਾਪ ਹੀ ਗਲਤ ਹੋਵੇ, ਹੋ ਸਕਦਾ ਆਪਣੀਆਂ ਚੀਜ਼ਾਂ ਨੂੰ ਛੁਪਾਉਣ ਵਾਸਤੇ ਇਹਨੇ ਉਹਨੂੰ ਮਾਰ ਦਿੱਤਾ ਹੋਵੇ, ਹੋ ਸਕਦਾ ਇਹਦਾ ਪਰਦਾਫਾਸ਼ ਕਿਸੇ ਇਨਸਾਨ ਦੇ ਕੋਲ ਹੋਇਆ ਹੋਵੇ। ਤਾਂ ਇਹ ਜਿਹੜੀਆਂ ਮਾਵਾਂ, ਉਹ ਮਾਂ ਜਿਹਨੇ ਆਪਣੇ ਪੇਟ 'ਚ ਉਹਨੂੰ 9 ਮਹੀਨੇ ਰੱਖ ਕੇ, ਜਨਮ ਦੇ ਕੇ, ਵੱਡੀ ਕਰਕੇ, ਇੱਕ ਇੱਕ ਦਿਨ ਇੱਕ ਇੱਕ ਪਲ ਉਹਦੇ ਨਾਲ ਬਿਤਾ ਕੇ, ਅਤੇ ਅੱਜ ਉਹਦੀਆਂ ਅੱਖਾਂ 'ਚ ਇੱਕ ਵੀ ਹੰਝੂ ਨਹੀਂ ਹੈਗਾ, ਮਤਲਬ ਕਦੋਂ ਤੋਂ ਲੈ ਕੇ ਉਹਦੇ ਨਾਲ ਨਫ਼ਰਤ ਕਰਦੇ ਰਹੇ ਤੁਸੀਂ?
ਤੁਸੀਂ ਇਹ ਤਾਂ ਜ਼ਰੂਰਤ ਕਰ ਲਈ ਕਿ ਉਹਨੂੰ ਮਾਰ ਕੇ ਤੁਸੀਂ ਸਰੈਂਡਰ ਕਰਤਾ, ਕਿਉਂਕਿ ਹੋਰ ਕੋਈ ਚਾਰਾ ਹੀ ਹੈ ਨਹੀਂ ਸੀ, ਨਹੀਂ ਤਾਂ ਤੁਹਾਨੂੰ ਘਰਦਿਆਂ ਨੂੰ ਫੜ ਲੈਣਾ ਸੀ। ਤੁਸੀਂ ਇਹ ਸੋਚਿਆ ਕਿ ਅਸੀਂ ਸਾਰਿਆਂ ਨੇ ਫਸਣਾ ਹੈ, ਉਹਦੇ ਤੋਂ ਚੰਗਾ ਇੱਕ ਬੰਦਾ ਅੱਗੇ ਚਲੇ ਜਾਏ ਜ਼ਰੂਰਤ ਵਾਲਾ ਬਣ ਕੇ। ਹੋ ਹੋ, ਆਪਣੀ ਪੂਰੀ ਫੈਮਿਲੀ ਨੂੰ ਬਚਾਉਣ ਵਾਸਤੇ ਉਹ ਬੰਦਾ ਅੱਗੇ ਚਲੇ ਗਿਆ, ਭਾਵੇਂ ਉਹਦੀ ਪੂਰੀ ਲਾਈਫ ਖਰਾਬ ਹੋ ਗਈ ਹੈ ਉਹ ਅਲੱਗ ਗੱਲ ਆ, ਪਰ ਉਹਨੇ ਇੱਕ ਲਾਈਫ ਵੀ ਤਾਂ ਖਤਮ ਕਰਤੀ ਨਾ। ਅਗਰ ਮੈਂ ਵਕੀਲ ਹੁੰਦੀ, ਅਗਰ ਮੈਂ ਜੱਜ ਹੁੰਦੀ, ਤਾਂ ਇਸ ਬੰਦੇ ਨੂੰ ਇਹ ਜਿਹੜਾ ਨਜ਼ਾਰਾ ਸੀ ਨਾ ਜ਼ੁਰਤ ਵਾਲਾ, ਕਿ ਉਹਨੂੰ ਮੋਟਰਸਾਈਕਲ ਦੇ ਪਿੱਛੇ ਪਾ ਕੇ ਘੜੀਸਿਆ, ਉਹਦਾ ਜਿਹੜਾ ਝਟਕਾ ਕੀਤਾ, ਕਿ ਉਹਨੂੰ ਕਹਿੰਦੇ ਨਾ ਉਹ ਬੰਦਾ ਕਹਿ ਰਿਹਾ ਸੀ ਕਿ ਇੱਕ ਹੀ ਤਲਵਾਰ ਦੇ ਨਾਲ ਜੀ ਉਹਦਾ ਵਾਰ ਹੋਇਆ ਅਤੇ ਉਹ ਖਤਮ ਹੋ ਗਈ ਸੀ ਉਦੋਂ ਹੀ। ਠੀਕ ਹੈ, ਇਹ ਇੰਨੀ ਅੰਗ ਪੁਣਾ ਜਿਹੜਾ ਆ, ਜੇ ਮੈਂ ਦੇਖਦੀ ਤਾਂ ਮੈਂ ਇਹਨੂੰ ਰੋਜ਼ ਇੱਕ ਇੱਦਾਂ ਦੀ ਸਜ਼ਾ ਦਿੰਦੀ ਕਿ ਜਿਹਦੇ ਨਾਲ ਇਹਨੂੰ ਫੀਲ ਹੁੰਦਾ ਕਿ ਮੈਂ ਉਹ ਛੋਟੇ ਜਿਹੇ ਬੱਚੇ ਨੂੰ ਕਿੰਨੀ ਸਜ਼ਾ ਦੇ ਕੇ ਆਇਆ। ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਦੇ ਮਾਂ ਪਿਓ ਦੀ ਕਿ ਉਹ ਕਰਦੇ ਕੀ ਆ। ਤੁਸੀਂ 18 ਸਾਲ ਤੋਂ ਬਾਅਦ ਵਾਲੀਆਂ ਵੀ ਕੁੜੀਆਂ, ਉਹਨਾਂ ਨੂੰ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਨ ਦਿੰਦੇ, ਤਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਦੋਂ ਵਿਆਹ ਕਰਦੇ ਆ, ਇੱਕ ਸਿਰਫ ਆਪਣੀ ਜ਼ਰੂਰਤ ਪਗਾਉਣ ਬਦਲੇ, ਕਿਉਂਕਿ ਜਦੋਂ ਕਿਸੇ ਦਾ ਵਿਆਹ ਹੁੰਦਾ ਆ, ਮੇਨ ਜਿਹੜੀ ਮੁੱਕਦੀ ਗੱਲ ਆ, ਜਿਹੜੀ ਤੁਹਾਨੂੰ ਸ਼ਰਮ ਆਉਂਦੀ, ਕਹਿੰਦੇ ਆ ਕਿ ਜਨਾਨੀ ਨੇ ਜਾ ਕੇ ਜਾਂ ਕੁੜੀ ਨੇ ਜਾ ਕੇ ਆਪਣਾ ਸਰੀਰ ਕਿਸੇ ਨੂੰ ਦੇਣਾ ਆ, ਅਤੇ ਉਹ ਤੁਸੀਂ ਮਤਲਬ ਡਿਸਾਈਡ ਕਰਦੇ ਹੋ ਕਿ ਉਹ ਕਿਹਨੂੰ ਦੇਵੇ। ਹੱਦ ਹੋ ਗਈ ਤੁਹਾਡੀ ਲੋਕਾਂ ਦੀ ਕਿ ਤੁਸੀਂ ਜੰਮਣਾ, ਮਰਨਾ, ਖਾਣਾ, ਪੀਣਾ ਸਾਰਾ ਕੁਝ ਡਿਸਾਈਡ ਕਰਦੇ ਹੋ, ਤੁਸੀਂ ਰੱਬ ਬਣ ਗਏ ਹੋ। ਠੀਕ ਆ, ਉਹਨੇ ਗਲਤ ਕੰਮ ਕੀਤਾ ਅਤੇ ਤੁਸੀਂ ਉਹਦੀ ਸਜ਼ਾ ਕੁਛ ਵੀ ਦੇ ਸਕਦੇ ਸੀ। ਹੁਣ ਪੰਜਾਬ ਦੇ ਵਿੱਚ ਵੀ ਤਾਂ ਚਾਈਲਡ ਕੇਅਰ ਹੈਗਾ ਆ, ਤੁਸੀਂ ਕਾਨੂੰਨ ਕੋਲ ਤਾਂ ਜਾਂਦੇ, ਜੇ ਹੁਣ ਤੂੰ ਕਾਨੂੰਨ ਕੋਲ ਚਲੇ ਗਿਆ ਆ ਤਾਂ ਪਹਿਲਾਂ ਨਹੀਂ ਜਾ ਸਕਦਾ ਸੀ। ਉਹਨੂੰ ਮਾਰ ਕੇ ਕੁੜੀ ਨੂੰ ਕਾਨੂੰਨ ਕੋਲ ਚਲੇ ਗਿਆ ਕਿ ਮੈਂ ਜ਼ਰੂਰਤ ਕਰ ਲਈ ਹੈਗੀ ਹੈ, ਤਾਂ ਉਹਨੂੰ ਕਿਸੇ ਹੋਸਟਲ 'ਚ ਜਮ੍ਹਾਂ ਕਰਾ ਦਿੰਦਾ, ਉਹਨੂੰ ਕਿਸੇ ਸੁਸਾਇਟੀ ਕੋਲ ਭੇਜ ਦਿੰਦਾ, ਅਗਰ ਤੇਰੇ ਕੋਲ ਨਹੀਂ ਸੀਗਾ ਪੈਸਾ ਉਹਨੂੰ ਹੋਸਟਲ ਭੇਜਣ ਨੂੰ ਜਾਂ ਹੋਰ ਕਿਸੇ ਇਹੋ ਜਿਹੀ ਜਗ੍ਹਾ 'ਤੇ ਸਾਂਭਣ ਨੂੰ। ਬੜੇ ਲੋਕ ਹੈਗੇ ਆ ਕਿ ਮਾਂ ਪਿਓ ਬਣ ਕੇ ਮਤਲਬ ਤੂੰ ਸਾਂਭ ਨਹੀਂ ਸਕਿਆ ਹੈਗਾ, ਤਾਂ ਤੂੰ ਉਹਨੂੰ ਮਾਰ ਦਿੱਤਾ ਮਾਂ ਪਿਓ ਬਣ ਕੇ। ਇਟਸ ਸੋ ਸ਼ਿਟ ਉਸ ਇਨਸਾਨ ਨੂੰ।